हेलो, मेरा नाम चौधरी रजिंदर नहीं रहेगा तो मैं पंडोरी नहीं चला था जट हैगा। सिखी तो क्रिश्चियनिटी तो रियल इस्लाम जड़ा के सूरज का हैगा, नूर चंद तारे का नहीं। चंद तारे का इस्लाम शैतान का हैगा, वो प्रचार करता है। तो इतने मैं कर रहा सतगुरु तेग बहादुर जी, ना सॉरी सतगुरु अमरदेव जी के श्लोक, पेज हैगा 769। साचे सतगुर साच बुझाया, साचे जड़ा सतगुर हैगा ना, सत का जड़ा गुर जाने उन सतगुरु कहीदा हैगा। ते इस के जड़ा सतगुरे हैगा अंदर बैठा मेरे पुजारी, आ हरिमंदर है ना, हरिमंदर का पुजारी हर सतगुरु हुंदा ना, जड़ा सतगुर अंदर बैठा ना मेरे, उन्हें सच ही बुझाया हैगा। ये जड़ा सच है अपसल्यूट ट्रुथ हैगा, गोस्पल गोस्पल ट्रुथ। तो ये जदों लोकी झूठ बोलते ना, उदों फिर सतगुरु आउंदे ने, अकाल पुरख वल्लों आउंदे ने, वो पुत्र हुंदे ने अकाल पुरख दे, वो आके फिर तुहानू संदेश दिंदे सत दा। तो लोगों कहिंदे न्यारे बनो तो सत दा प्रचार करो, सत तुहानू न्यारा बनाउंदा हैगा। तो इस करके इत्थे हैगा इहदे च उन्होंने कहा, साचे सतगुरे साच बुझाया, सच बुझाया उहदे पथ राखे सच सोई राम, वो तुहाडी पत भी रखदा हैगा। इहदी पत दी तुहानू दस्सिया ना, जदों पहिलां वी कि मैं दस चुकिया कि जदों पाकिस्तान बनिया सी 1947 च, उदों मैं 14 साल दा सी। ਤੇ ਫਾਦਰ ਨੂੰ ਪਤਾ ਸੀ ਇਹ ਸੱਚ ਦਾ, ਤੇ ਉਹ ਲੋਕਾਂ ਨੂੰ ਦੱਸਦੇ ਸੀਗੇ, ਮਿੰਟ ਗੁਮਰੀ ਹੁੰਦੇ ਸੀ ਤੇ ਲੋਕਾਂ ਨੂੰ ਦੱਸਣਾ ਵੀ ਤੁਸੀਂ ਆਪਣਾ ਪਿਓ ਨਾ ਬਦਲੋ, ਉਹ ਸਿੱਖ ਕੌਮ ਬਣਾਉਣ ਲੱਗ ਪਏ ਨਾ, ਵੀ ਸਿੱਖ ਕੌਮ ਕਰਕੇ ਤੁਸੀਂ ਪੱਕੇ ਹਰਾਮੀ ਬਣ ਜਾਂਦੇ। ਮੈਂ ਜੱਟ ਜੱਟ ਦੀ ਜੈਮੇਰੀ ਕੌਮ ਜੱਟ ਹੈਗੀ ਨਾ, ਜੱਟ ਦਾ ਪੁੱਤਰ ਹੈਗਾ ਨਾ, ਜੇ ਮੈਂ ਸਿੱਖ ਦਾ ਬਣ ਜਾਵਾਂ ਪੁੱਤਰ ਤੇ ਜੱਟ ਪਿਓ ਨੂੰ ਜਵਾਬ ਦਿੰਦਾ, ਦੋ ਕੌਮਾਂ ਨਹੀਂ ਨਾ ਹੁੰਦੀਆਂ। ਤੇ ਫਿਰ ਨਵੇਂ ਘਰ ਵੀ ਢੂੰਡਣੇ ਪੈਣੇ, ਉਹ ਪਿਓ ਨੇ ਜੱਟ ਪਿਓ ਨੇ ਡੰਡਾ ਲੈ ਕੇ ਕੱਢ ਦੇਣਾ ਤੁਹਾਨੂੰ ਬਾਹਰ ਘਰੋਂ। ਤੇ ਫਿਰ ਉਧਰ 2000 ਆਦਮੀ ਆਇਆ ਸੀ ਅਰਾਈ ਸਾਡੇ ਤੇ ਹਮਲਾ ਕਰਨ, ਜਦੋਂ ਉਹਨਾਂ ਨੂੰ ਦੱਸਿਆ ਕਿ ਅਸੀਂ ਤਾਂ ਜੱਟਾਂ ਨੇ ਮਰਨਾ ਤੇ ਤੁਸੀਂ ਅਰਾਈਆਂ ਨੇ ਮਰਨਾ, ਸਿੱਖ ਤੇ ਮੁਸਲਮਾਨ ਮਿਲਤਾਂ ਹੈਗੀਆਂ ਨੇ, ਉਹਨਾਂ ਨੂੰ ਵੀ ਪਤਾ ਮਿਲਤ ਹੈਗੀ, ਸਿੱਖ ਮੁਸਲਮਾਨ ਮਿਲਤ ਹੈਗੀ, ਕੌਮ ਨਹੀਂ ਹੈਗੀ। ਉਹਦੇ ਰਾਈ ਦੇ ਆ ਗਈ, ਪੱਲੇ ਪੈ ਗਈ। ਉਹ 2000 ਨੂੰ ਕਹਿੰਦਾ ਅਸਾਂ ਇਹਨਾਂ ਦੀ ਰਾਖੀ ਰੱਖਣੀ ਹੈਗੀ ਤੇ ਇਹਨਾਂ ਨੂੰ ਖਬਰਦਾਰ ਕਿਸੇ ਨੇ ਕੋਈ ਗੱਲ ਕੀਤੀ, ਯਾਨੀ ਉਹਨੇ ਨਾਮ ਦੀ ਪੱਤ ਰੱਖੀ ਸਾਡੀ ਅਕਾਲ ਪੁਰਖ ਨੇ, ਇਹ ਨਾਮ ਦੀ ਸੋਭਾ ਹੈਗੀ। ਬਾਕੀ ਜਿਹੜੇ ਸੀ ਲੋਕ ਮਰੇ ਸੀਗੇ ਕੀੜੇ ਮਕੌੜਿਆਂ ਵਾਂਗਣ, ਕੋਈ ਬਚ ਕੇ ਥੋੜ੍ਹੇ ਜਿਹੇ ਆਏ ਰਹਿੰਦਾ। ਅਤੇ ਇਹ ਹੈਗਾ ਵੀ ਜੇ ਤੁਸੀਂ ਸੱਚ ਬੋਲੋ ਤਾਂ ਇੱਦਾਂ ਪੱਤ ਰੱਖ ਹੁੰਦੀ ਹੈਗੀ। ਅਤੇ ਫਿਰ ਹੈਗਾ ਕਹਿੰਦੇ ਸੱਚਾ ਭੋਜਨ ਭਾਓ, ਸੱਚਾ ਸੱਚਾ ਭੋਜਨ, ਭੋਜਨ ਜਿਹੜਾ ਤੁਸੀਂ ਇੱਥੇ ਖਾਂਦੇ ਹੋ ਨਾ, ਪਰ ਰੋਟੀ ਇਹ ਭੋਜਨ ਨਹੀਂ ਹੈਗਾ, ਇਹ ਭੋਜਨ ਜਿਹੜਾ ਇਹ ਹੈਗਾ ਕੰਨ ਨਾਲ ਖਾ ਹੁੰਦਾ, ਇਹ ਕੰਨ ਜਿਹੜਾ ਨਾ ਇਹ ਮੂੰਹ ਹੈਗਾ ਭੋਜਨ ਲਈ, ਇਹ ਹੈਗਾ ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਇਹ ਹੈਗਾ ਨਾ ਵੇਲਾ, ਇਹ ਜਿਹੜੇ ਕੰਨ ਹੈਗਾ ਨਾ ਈਅਰ ਟੂ ਹੀਅਰ, ਇਹ ਹੈਗਾ ਮੂੰਹ ਗੋਸਪਲ ਲਈ, ਇਹ ਹੈਗਾ ਰੋਟੀ ਖਾਈ ਦੀ ਦੂਏ ਪਾਸੇ ਨਿਕਲਦੀ ਤੇ ਉਹਨੂੰ ਹੱਥ ਵੀ ਲਾਉਣ ਨੂੰ ਜੀ ਕਰਦਾ, ਬੋ ਮਾਰਦੀ ਹੈਗੀ। ਜਿਹੜਾ ਇਹ ਖਾਣਾ ਤੁਸੀਂ ਇਸ ਕੰਨ ਨਾਲ ਖਾਣਾ, ਤੁਸੀਂ ਇਹਨੂੰ ਆਪਣੇ ਹਿਰਦੇ ਤੇ ਲੈ ਕੇ ਜਾਣਾ, ਉੱਥੇ ਤੁਸੀਂ ਡਾਈਜੈਸਟ ਕਰਨਾ ਹੈਗਾ, ਸੋਚ ਵਿਚਾਰ ਕਰਨੀ, ਫਿਰ ਤੁਸੀਂ ਆਪਣੇ ਮੂੰਹ ਚੋਂ ਕੱਢਣੀ ਗੀ, ਉਹ ਫਿਰ ਬੜੀ ਮਹਿਕਦਾਰ ਹੈਗੀ, ਮਹਿਕਾ ਮਾਰਦੀ ਹੈਗੀ ਸਤਿਗੁਰੂ ਦੀਆਂ। ਕਹਿੰਦੇ ਸੱਚਾ ਭੋਜਨ, ਉਹ ਜਿਹੜਾ ਸੱਚਾ ਭੋਜਨ ਆ ਖਾਣਾ ਹੈ ਨਾ, ਪਾਓ ਸੱਚਾ, ਉਹਦਾ ਅਕਾਲ ਪੁਰਖ ਦਾ ਭਾਓ ਰੱਖ ਕੇ ਕਰੀਦਾ ਹੈਗਾ। ਭਾਓ ਰੱਖ ਦਾ ਮਤਲਬ ਹੈ ਵੀ ਤੁਸੀਂ ਟੇਢੇ ਮੇਢੇ ਨਹੀਂ ਕਰਨੀ ਗੱਲ, ਕੋਈ ਵੀ ਜਿੱਦਾਂ ਹੈਗੀ ਉੱਦਾਂ ਹੀ ਪ੍ਰਜੈਂਟ ਕਰਨੀ ਹੈਗੀ।
ਜੇ ਟੇਢੇ ਮੇਢੇ ਕਰ ਦਿੱਤੀ ਤਾਂ ਫਿਰ ਉਹਦਾ ਭਾਉ ਚੱਕਿਆ ਗਿਆ। ਜੇ ਭਾਉ ਹੈਗਾ ਉਹਦਾ, ਭਾਉ ਹੁੰਦਾ ਡਰ, ਬੇਮੁੱਖ ਨੂੰ ਡੰਡੇ ਦਾ ਡਰ, ਮਨ ਨੂੰ ਮਨਮੁੱਖ ਨੂੰ ਡੰਡੇ ਦਾ ਡਰ ਨਹੀਂ ਹੁੰਦਾ, ਉਹ ਛੁੱਟ ਜਾਂਦਾ ਹੈਗਾ, ਉਹਨੂੰ ਗੁਰਮੁਖ ਦਾ ਡਰ ਹੁੰਦਾ ਹੈਗਾ। ਜਿਹੜਾ ਗੁਰਮੁਖ ਹੁੰਦਾ ਹੈਗਾ ਉਹਨੂੰ ਉਹ ਨਡਰ ਹੁੰਦਾ, ਨਿਰਭੈ ਹੁੰਦਾ ਹੈਗਾ, ਤੇ ਉਹਨੂੰ ਭਾਉ ਹੁੰਦਾ ਅਕਾਲ ਪੁਰਖ ਦਾ। ਤੇ ਸੱਚਾ ਭੋਜਨ ਸੱਚ ਭਾਉ ਸੱਚਾ, ਉਹਦਾ ਡਰ ਵੀ ਸੱਚਾ ਹੈਗਾ, ਜੇ ਅਸੀਂ ਗਲਤੀ ਕੀਤੀ ਤਾਂ ਸਫ਼ਰ ਕਰਾਂਗੇ। ਸੱਚੇ ਨਾਮ ਸੁੱਖ ਹੋਈ ਰਾਮ, ਸੱਚੇ ਦੇ ਨਾਮ ਨਾਲ ਸੁੱਖ ਹੁੰਦਾ ਹੈਗਾ, ਸੁੱਖ ਨਾਲ ਤੁਸੀਂ ਬੈਠੋਗੇ ਜਿੱਥੇ ਵੀ ਪੈਣਾ ਹੈਗਾ। ਕਿ ਕਲਯੁੱਗ ਹੈਗਾ ਨਾ, ਕਲਯੁੱਗ ਵਿੱਚ ਅੰਧੇਰਾ ਹੁੰਦਾ, ਲੋਕ ਆਪਣੀ ਮਰਜ਼ੀ ਚੱਲਦੇ ਨੇ, ਅਤੇ ਨਾਮ ਕਿਸੇ ਕਿਸੇ ਦੇ ਪੱਲੇ ਪੈਂਦਾ ਹੈਗਾ। ਇਹਨਾਂ ਦੀ ਕ੍ਰਿਸਚੈਨਿਟੀ 'ਚ 1 in 1000, 2 in 10,000, ਅਤੇ ਸਿੱਖਾਂ 'ਚ ਹੈਗਾ 1 in 1 crore, 1 in 1 million। ਸੱਚੇ ਨਾਮ ਸੁੱਖ ਹੋਈ ਮਰੇ, ਮਰੇ ਨਾ ਕੋਈ ਗਰਭ ਨਾ ਜੂਨੀ ਵਾਸਾ। ਸੱਚੇ ਨਾਮ ਸੁੱਖ ਹੋਈ, ਕਹਿੰਦੇ ਸੱਚੇ ਨਾਮ ਨਾਲ ਸੁੱਖ ਹੁੰਦੀ ਹੈਗੀ, ਮਰੇ ਨਾ ਕੋਈ, ਉਹਦੇ 'ਚ ਮਰਦਾ ਨਹੀਂ ਕੋਈ, ਕਿਉਂਕਿ ਅਟਰਨਲ ਹੋ ਜਾਂਦਾ ਹੈਗਾ। ਇਹਨੂੰ ਕਹਿੰਦੇ ਰੀਸਰੈਕਸ਼ਨ। ਜਦੋਂ ਆਪਾਂ ਬ੍ਰਾਹਮਣਾਂ ਦੇ ਅੰਡਰ ਕੰਮ ਕਰਦੇ ਸੀ ਨਾ, ਜਦੋਂ ਉਹ ਦੱਸਦੇ ਸੀ ਵੀ ਆਹ ਕਰੋ ਆਹ ਕਰੋ, ਉਦੋਂ ਕਰਮ ਕਰਦੇ ਸੀ, ਕਰਮਾਂ 'ਚ ਮਿਲਦੀ ਸੀ ਰੀ ਇਨਕਾਰਨੇਸ਼ਨ। ਜਿਹੜਾ ਨਵਾਂ ਜਨਮ ਮਿਲਦਾ, ਕਰਮੀ ਆਵੇ ਕੱਪੜਾ, ਨਵਾਂ ਜਿਹੜਾ ਜਨਮ ਮਿਲਦਾ ਉਹ ਕਰਮਾਂ ਨਾਲ ਮਿਲਦਾ। ਇਹ ਹੈਗਾ ਨਦਰ ਨਾਲ ਆਦਮੀ ਛੁੱਟ ਜਾਂਦਾ ਹੈਗਾ ਇਹਨਾਂ ਚੀਜ਼ਾਂ 'ਚੋਂ, ਨਾਮ ਦੇ ਨਾਲ। ਸੁੱਖ ਹੋਏ ਮੇਰੇ ਰਾਮ, ਮਰੇ ਨਾ ਕੋਈ ਗਰਭ ਨਾ ਜੂਨੀ ਵਾਸਾ। ਫਿਰ 84 ਦੀ ਜੂਨੀ 'ਚ ਨਹੀਂ ਪੈਂਦਾ, ਜੋਤੀ ਜੋਤ ਮਿਲਾਏ, ਮਿਲਾਈ ਸੱਚ ਸਮਾਈ, ਸੱਚ ਨਾਏ ਪ੍ਰਗਾਸਾ। ਜੋਤੀ ਜੋਤ ਯਾਨੀ ਆਪਾਂ ਜਿਹੜੇ ਹੈਗੇ ਅਕਾਲ ਪੁਰਖ ਤੋਂ ਛੁੱਟ ਕੇ ਆਏ ਨਾ, ਉਹਦੀ ਜੋਤ ਇਹਦੇ 'ਚ, ਇਸ ਜੱਟ ਸਰੀਰ 'ਚ ਜਿਹੜੀ ਜੋਤ ਹੈਗੀ ਨਾ, ਉਹ ਅਕਾਲ ਪੁਰਖ ਦੀ ਹੈਗੀ। ਉਹਦੇ ਤੋਂ ਜੋਤ ਤੋਂ ਫਿਰ ਅਸੀਂ ਥੱਲੇ ਆਇਆ ਗਿਆ। ਉਹਦੇ ਤੋਂ ਸਾਡਾ ਇੱਥੇ ਕੰਮ ਹੈਗਾ ਕਿ ਉਹਦੇ ਨਾਲ ਜਾ ਕੇ ਇੱਕਮਿਕ ਹੋਣਾ, ਫਿਰ ਜਿੱਦਾਂ ਦਾ ਉਹ ਅਟਰਨਲ ਹੈਗਾ, ਅਸੀਂ ਵੀ ਅਟਰਨਲ ਬਣ ਜਾਈਏ। ਅਤੇ ਇਹ ਹੈਗਾ ਵੀ ਉਹਦੇ ਨਾਲ ਤੁਹਾਨੂੰ ਮੁਕਤੀ ਮਿਲ ਜਾਂਦੀ ਹੈ। ਮੁਕਤੀ ਦਾ ਸਮਾਂ ਹੈਗਾ ਨਾ ਕਲਯੁੱਗ, ਇਹਨੂੰ ਕਹਿੰਦੇ ਰੀਸਰੈਕਸ਼ਨ। ਜੋਤੀ ਜੋਤ ਮਿਲਾਏ, ਜੋਤੀ ਜੋਤ ਮਿਲਾਈ ਸੱਚ ਸਮਾਈ, ਸੱਚ ਦੇ ਵਿੱਚ ਸਮਾ ਜਾਈਦਾ, ਆਪਣੇ ਅਕਾਲ ਪੁਰਖ ਦੇ ਵਿੱਚ ਸਮਾ ਜਾਈਦਾ ਹੈਗਾ। ਸੱਚ ਨਾਏ ਪ੍ਰਗਾਸਾ, ਉਹਦੇ ਨਾਂ ਦੇ, ਸੱਚ ਨਾਂ ਦੇ ਨਾਲ ਹੀ ਆਦਮੀ ਨੂੰ ਰੋਸ਼ਨੀ ਆਉਂਦੀ ਹੈ, ਕਿਉਂ ਕਲਯੁੱਗ ਹੈਗਾ ਅੰਧੇਰਾ, ਇਹਦੇ ਲਈ ਰੋਸ਼ਨੀ ਚਾਹੀਦੀ ਚੱਲਣ ਲਈ। ਉਹ ਰੋਸ਼ਨੀ ਜਿਹੜੀ ਇਹ ਸੱਚ ਨਾਮ ਤੋਂ ਮਿਲਦੀ ਹੈਗੀ। ਜਿੰਨੀ ਸੱਚ ਜਾਤਾ ਸਹਿ ਸੱਚੇ ਹੋਏ, ਜਿਹਨਾਂ ਨੇ ਸੱਚ ਜਾਤਾ ਨਾ, ਇਹ ਜਾਣਨਾ ਪੈਂਦਾ ਨਾ ਇੰਟਿਊਸ਼ਨ, ਜਿਹਨਾਂ ਨੇ ਪਵਨ ਰਾਮ ਸਤਿਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਤੁਨ ਚੇਲਾ, ਜਿਹਨਾਂ ਨੇ ਆਪ ਵਿਚਾਰਿਆ ਨਾ ਗਿਆਨੀ, ਉਹ ਜੋ ਆਪ ਵਿਚਾਰੇ, ਜਿਹੜਾ ਗਿਆਨੀ ਬਣ ਗਿਆ, ਉਹ ਨਹੀਂ ਕਿਤਾਬਾਂ ਪੜ੍ਹ ਕੇ ਨਹੀਂ ਬਣ ਗਿਆ, ਜਿਹੜਾ ਉਹ ਤਾਂ ਖੋਤਾ ਹੈਗਾ, ਖੋਤੇ ਹੈਗੇ ਨੇ, ਉਹ ਤਾਂ ਲੱਦੇ ਹੋਏ ਨੇ, ਜਿੱਦਾਂ ਬ੍ਰਾਹਮਣ ਆ ਜਾਂਦੇ ਸੀ, ਖੋਤੇ ਆ ਜਾਂਦੇ ਸੀਗੇ, ਕਿਤਾਬਾਂ ਲੱਦ ਕੇ ਤਾਂ ਆ ਜਾਂਦੇ ਸੀ ਮੁਕਾਬਲੇ ਕਰਨ, ਇੱਦਾਂ ਹੀ ਹੈਗੇ ਗਿਆਨੀ ਬਣੇ ਹੋਏ ਜਿਹੜੇ ਪੜ੍ਹ ਪੜ੍ਹ ਕੇ ਕਿਤਾਬਾਂ, ਇਹਦੇ 'ਚ ਉਹਦਾ ਕਿਤਾਬਾਂ 'ਚ ਨਹੀਂ ਇਲਮ ਹੈਗਾ, ਇਹ ਅਕਾਲ ਪੁਰਖ ਤੋਂ ਮਿਲਦਾ ਹੈਗਾ। ਜਿੰਨੇ ਸੱਚ ਜਾਤਾ ਸਹਿ ਸੱਚੇ ਹੋਏ, ਉਹ ਸੱਚੇ ਹੋ ਜਾਂਦੇ, ਆਉਂਦੇ ਨੇ ਸੱਚ ਧਿਆਨ ਧਿਆਨਣ, ਉਹ ਉਹਨਾਂ ਦੇ ਮਨ 'ਚ ਹਮੇਸ਼ਾ ਇਹੋ ਹੀ ਸੋਚਦੇ ਰਹਿੰਦੇ ਨੇ, ਸੋਚਦੇ ਕਿ ਇੰਟਿਊਸ਼ਨ, ਗਿਆਨੀ ਉਹ ਜੋ ਆਪ ਵਿਚਾਰੇ, ਉਹ ਆਪ ਵਿਚਾਰਦੇ ਰਹਿੰਦੇ ਨੇ ਦਿਨ ਰਾਤ, ਦਿਨ ਰਾਤ ਨਾਮ ਦੇ ਬਾਰੇ ਵਿਚਾਰਦੇ ਨੇ। ਸੱਚ ਧਿਆਨ, ਉਹ ਧਿਆਨ ਉੱਧਰ ਸੱਚ ਦਾ, ਸੱਚ ਨੂੰ ਪਾਉਣ ਲਈ ਕਰਦੇ ਨੇ, ਯਾਨੀ ਉਹਨੂੰ ਲੋਚਦੇ ਨੇ ਵੀ ਸਾਨੂੰ ਮਾਇਆ ਮਿਲੇ। ਤੇ ਉਹਨਾਂ ਗੁਰਮੁਖ ਜਿਹੜਾ ਹੁੰਦਾ ਉਹ ਹੈਗਾ ਭੁੱਖਿਆਂ ਭੁੱਖ ਨਾ ਉਤਰੇ, ਜੇ ਬੰਨਾਂ ਪੂਰੀਆਂ ਪਾ ਰਹੇ ਨਾ, ਭੁੱਖ ਹੈਗੀ ਰੋਟੀ ਦੀ ਨਹੀਂ ਨਾਮ ਦੀ। ਨਾਨਕ ਸੱਚ ਨਾਮ ਜਿਨ ਹਿਰਦੇ ਵਸਾਇਆ, ਸੱਚ ਸੱਚੇ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਵੀ ਸੱਚ ਨਾਮ ਜਿਨ ਹੈ ਨਾ ਗੋਸਪੁਰ, ਸੱਚ ਸੱਚ ਨਾਮ ਹੈਗਾ ਗੋਸਪੁਰ,
ਜਿਨ ਹਿਰਦੇ ਵਸਾਇਆ, ਜਿਹੜਾ ਜਿਹਨੇ ਦਿਲ ਚ ਵਸਾਇਆ। ਨਾ ਵਿਛੜ ਦੁੱਖ ਪਾਇਣ, ਉਹ ਵਿਛੜਦੇ ਨਹੀਂ, ਉਹ ਦੇ ਗੈਟ ਸੀਲਡ ਟੂ ਸਰਵ ਗੋਡ। ਜਦੋਂ ਸੀਲ ਟੂ ਸਰਵ ਗੋਡ ਹੋ ਗਏ, ਗੁਰਮੁਖ ਬਣ ਗਏ, ਫਿਰ ਉਹ ਅਕਾਲ ਪੁਰਖ ਦੇ ਬਣ ਗਏ। ਉਹ ਮਾਇਆ ਨੂੰ ਨਹੀਂ ਉਹਨਾਂ ਨੂੰ ਕੁਛ ਵੀ ਹੈਗਾ, ਲੋਕੀ ਲੁੱਟੀ ਜਾਣ ਉਹਨਾਂ ਜੋ ਕੁਛ ਨਹੀਂ ਉਹਨਾਂ ਨੂੰ ਬਣਦਾ, ਉਹਨਾਂ ਨੂੰ ਇੱਕ ਨਾਮ ਦੀ ਤੇ ਅਕਾਲ ਪੁਰਖ ਵਿੱਚ ਹੈਗਾ, ਉਹਨਾਂ ਦਾ ਮਨ ਜੁੜ ਜਾਂਦਾ ਹੈਗਾ। ਇਹ ਹੈਗੀ ਇਹਦੀ ਵਿਆਖਿਆ।